ਤੇ ਲਓ ਜੀ ਫਿਰ ਕਰੀਏ ਨਿੱਘਾ ਸਵਾਗਤ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਸਾਰੇ ਸਰੋਤਿਆਂ ਦਾ ਸਾਰੇ ਦਰਸ਼ਕਾਂ ਦਾ ਅਤੇ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਉੱਘੇ ਪੱਤਰਕਾਰ ਗੁਰਪ੍ਰੀਤ ਸਿੰਘ ਜੀ ਸਹੋਤਾ ਸ਼ਾਮਿਲ ਹੋਣਗੇ ਵੈਨਕੂਵਰ ਤੋਂ। ਉਹਨਾਂ ਦੇ ਨਾਲ ਅਸੀਂ ਇਹ ਵੈਸਟ ਕੋਸਟ ਦੀ ਇਸ਼ੂਜ਼ ਦੀ ਜਾਂ ਉੱਥੇ ਕੁਝ ਚਲੰਤ ਖਬਰਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਜੀ ਸਹੋਤਾ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਕਰਾਂਗੇ। ਜੀ ਆਇਆਂ ਨੂੰ ਜੀ ਸਹੋਤਾ ਸਾਹਿਬ। ਜੋ ਸਾਹਿਬ ਤੁਹਾਨੂੰ ਅਤੇ ਨਾਲੇ ਪ੍ਰੋਗਰਾਮ ਸੁਣਾਉਂਦਾ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਅਸੀਂ ਸਾਂਝੀ ਕਰ ਲਈਏ ਸਰੋਤਿਆਂ ਦਰਸ਼ਕਾਂ ਨਾਲ ਇਹ ਹੀ ਖਬਰ ਦੁਖਦਾਈ ਜਿਹੜੀ ਪੰਜਾਬ ਦੀ ਧਰਤੀ ਤੋਂ ਆ ਰਹੀ ਆ ਵੀ ਸੰਗਰੂਰ ਦੇ ਲਾਗੇ ਜਿਹੜਾ ਬੱਚਾ ਹੈ ਜੀ, ਮਸਾਂ 2 ਸਾਲ ਦਾ ਕਹਿ ਲਓ, ਵੀ ਉਸ ਦੀ ਹੁਣ 5 ਦਿਨਾਂ ਤੋਂ ਬਾਅਦ ਉਹ ਬੋਰ ਦੇ ਵਿੱਚ ਡਿੱਗਣ ਤੋਂ ਬਾਅਦ ਬੋਡੀ ਪ੍ਰਾਪਤ ਹੋਈ ਹੈ ਜੀ, ਮਤਲਬ ਜਿਉਂਦਾ ਨਹੀਂ ਬਚਾਇਆ ਜਾ ਸਕਿਆ। ਹਾਂਜੀ, ਇਹੀ ਖਬਰਾਂ ਆ ਰਹੀਆਂ ਜੀ ਪੰਜਾਬ ਤੋਂ ਵੀ 125 ਘੰਟਿਆਂ ਤੋਂ ਬਾਅਦ ਉਹਨੂੰ ਇੰਨੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਜਿਹੜਾ ਦੇਸੀ ਤਰੀਕਾ ਕੁੰਡੀ ਪਾ ਕੇ ਕੱਢਿਆ ਗਿਆ ਜੀ ਅੰਦਰੋਂ, ਤੇ ਜਿਹੜੇ ਬਹੁਤੇ ਸੂਤਰਾਂ ਇਹੀ ਦੱਸ ਰਹੇ ਆ ਕਿ ਉਹ ਸਾਹ ਨਹੀਂ ਲੈ ਰਿਹਾ, ਪਰ ਫਿਰ ਵੀ ਉਹਨੂੰ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਹੁਣ ਡਾਕਟਰ ਜਿਹੜੇ ਆ ਬਾਲਾ ਪੁਸ਼ਟੀ ਕਰਨਗੇ, ਪਰ ਜਿਹੜੇ ਮੌਕੇ ਦੇ ਗਵਾਹ ਨੇ ਉਹ ਇਹੀ ਦੱਸ ਰਹੇ ਨੇ ਕਿ ਬੱਚਾ ਜਿਹੜਾ ਪੂਰਾ ਹੋ ਚੁੱਕਾ। ਹੁਣ 5 ਕਹਿ ਲਓ ਵੀ ਦਿਨਾਂ ਦੇ ਦੌਰਾਨ ਇਹ ਜੀ ਵੀ 2 ਸਾਲ ਦਾ ਇੱਕ ਬੱਚਾ ਹੋਵੇ ਅਤੇ ਉਸ 'ਤੇ ਬਚਣ ਦੀ ਸੰਭਾਵਨਾ ਕਿੰਨੀ ਕੁ ਹੋ ਸਕਦੀ ਹੈ? ਕਿਉਂਕਿ ਜਿਸ ਅਵਸਥਾ ਦੇ ਵਿੱਚ ਉਹ ਬੋਰ ਦੇ ਵਿੱਚ ਸੀਗਾ, ਫਸਿਆ ਹੋਇਆ ਪਾਈਪ ਦੇ ਵਿੱਚ, ਵੀ ਬਾਹਾਂ ਉਹਦੀਆਂ ਤਾਂ ਨੂੰ ਹਾਂਜੀ, ਇੱਕ ਅਜਿਹੀ ਸਥਿਤੀ ਦੇ ਵਿੱਚ ਇਸ ਨੰਨੀ ਜਾਨ ਨੂੰ ਵੀ ਕਿੰਨੀ ਕੁ ਦੇਰ ਉਸ ਨੇ ਉੱਥੇ ਕੱਢਣੀ ਸੀਗੀ ਜੀ? ਬਿਲਕੁਲ ਜੀ, ਆਈ ਥਿੰਕ ਇਹ ਸਰਕਾਰਾਂ ਦੀ ਪ੍ਰਸ਼ਾਸਨ ਦੀ ਮਲੈਕੀ ਵੀ ਆ, ਕੁਝ ਘਰਦਿਆਂ ਦੀ ਵੀ ਅਣਗਹਿਲੀ ਆ। ਇੱਕ ਖੁੱਲਾ ਬੋਰ ਸੀਗਾ ਤੇ ਉਹਦੇ ਉੱਤੇ ਕੁਛ ਵੀ ਕੋਈ ਮਿੱਟੀ ਦੀ ਬੋਰੀ ਜਾਂ ਸਲੈਬ ਵਗੈਰਾ ਰੱਖੀ ਜਾ ਸਕਦੀ ਸੀ। ਉਸ ਤੋਂ ਬਾਅਦ ਜੇ ਹੁਣ ਬੱਚਾ ਡਿੱਗੇ ਪਿਆ ਤਾਂ ਉੱਥੇ ਦੇਖੋ ਕਿ ਟੈਕਨੋਲੋਜੀ ਦੀਆਂ ਡਿੰਗਾਂ ਮਾਰੀਆਂ ਜਾ ਰਹੀਆਂ, ਇਹ ਡਿਜੀਟਲ ਇੰਡੀਆ ਬਣ ਗਿਆ। ਹਾਲੇ ਤੱਕ ਇੰਨੇ ਸਾਧਨ ਨਹੀਂ ਹੋਏ ਸੀ ਕਿ ਇੱਕ ਬੱਚੇ ਨੂੰ ਬੋਰ ਚੋਂ ਕੱਢਿਆ ਜਾ ਸਕੇ। ਇੱਕ ਡੇਰੇ ਨੂੰ ਪ੍ਰਮੋਟ ਕਰਨ ਦੇ ਲਈ 4 ਦਿਨ ਉਹਨਾਂ ਦੀ ਟੀਮ ਨੂੰ ਮੌਕਾ ਦਿੱਤਾ ਗਿਆ, ਜਿਹੜੇ ਕਦੇ ਹੋਰੇ ਬੋਰ ਕਰੀ ਗਏ ਤੇ ਸਰਕਾਰਾਂ ਜਿਹੜੀਆਂ ਉਹ 30 ਦਿਨ ਤੱਕ ਸੁੱਤੀਆਂ ਰਹੀਆਂ। ਕੈਪਟਨ ਉਹਨਾਂ ਨੂੰ ਜਾ ਕੇ 5 ਮਿੰਟ ਯਾਦ ਆਈ ਤੇ ਫਿਰ ਜਿਹੜੀ ਆ ਹਿਲਜਲ ਹੋਈ ਆ ਤੇ ਆਹ ਨਤੀਜਾ ਜਿਹੜਾ ਸਾਹਮਣੇ ਆਇਆ ਜੀ। ਸੋ ਕੁੱਲ ਮਿਲਾ ਕੇ ਨਲਾਇਕੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਦੀ, ਸਰਕਾਰਾਂ ਦੀ, ਤੇ ਵੋਟਾਂ ਮਸ਼ੀਨਾਂ ਨਾਲ ਪਾਉਂਦੇ ਆ ਤੇ ਬੱਚੇ ਬੋਰ ਚੋਂ ਡਿੱਗੇ ਬਾਲਟੀਆਂ ਦੇ ਰੱਸੇ ਨਾਲ ਕੱਢਦੇ। ਠੀਕ ਹੈ ਜੀ। ਸੋ ਦੱਸੋ ਤੁਹਾਡੇ ਇੱਥੇ ਵੈਸਟ ਕੋਸਟ ਦੇ ਵਿੱਚ ਵੈਦਰ ਕਿੱਦਾਂ? ਕਿਉਂਕਿ ਸਾਡੇ ਇੱਥੇ ਕਦੀ ਹਫ਼ਤੇ 'ਚ 2 ਦਿਨ ਮੀਂਹ ਪੈਣ ਲੱਗ ਪੈਂਦਾ, 1 ਦਿਨ ਧੁੱਪ ਲੱਗਦੀ ਆ, ਫਿਰ ਮੀਂਹ ਪੈਣ ਲੱਗ ਪੈਂਦਾ। ਸੋ ਇਹ ਬੜਾ ਅਨਸਰਟਨ ਵੈਦਰ ਜਿਹੜਾ ਸੀ ਸਾਡੇ GTA ਦੇ ਵਿੱਚ ਟੋਰਾਂਟੋ ਏਰੀਆ ਦੇ ਵਿੱਚ ਚੱਲ ਰਿਹਾ, ਤੁਹਾਡੇ ਕਿਸ ਤਰ੍ਹਾਂ ਜੀ? ਸਾਡੇ ਮੌਸਮ ਖੁਸ਼ਕ ਹੈ ਜੀ, ਪਿਛਲੇ ਤਕਰੀਬਨ 7-8 ਦਿਨ ਤੋਂ ਲਗਾਤਾਰ 20 ਡਿਗਰੀ ਤੋਂ ਉੱਪਰ ਟੈਂਪਰੇਚਰ ਚੱਲ ਰਿਹਾ, ਪਰ ਗਰਮੀ ਨਹੀਂ ਇੰਨੀ ਹੈਗੀ ਕਿਉਂਕਿ ਹਵਾ ਚੱਲ ਰਹੀ ਹੈ ਨਾਲ ਤੇ, ਪਰ ਜਿਹੜਾ ਵਧੀਆ ਵੈਦਰ ਜਿਹੜਾ BC ਦਾ ਉਹ ਕਹਿ ਸਕਦੇ ਹਾਂ ਜੀ। ਹਲੇ ਅੱਗਾਂ ਲੱਗਣ ਤੋਂ ਬਚਾ ਆ ਤੇ ਇਸ ਕਰਕੇ ਧੂੰਆਂ ਵਗੈਰਾ ਵੀ ਨਹੀਂ ਹੈਗਾ, ਮੌਸਮ ਜਿਹੜਾ ਸਮਾਨ ਹੈਗਾ ਕਲੀਅਰ ਹੈ ਜੀ। ਓਕੇ, ਇੱਕ ਨਾ ਸੋਸ਼ਲ ਮੀਡੀਆ 'ਤੇ ਤੁਹਾਡੇ ਕੋਲ ਕਲਿੱਪ ਬੜਾ ਚੱਲ ਰਿਹਾ, ਸਰੀ ਤੋਂ ਲੈਂਗਲੀ ਤੋਂ ਨੌਜਵਾਨ, ਉਹਨੇ ਕੋਈ 3-ਵੀਲਰ ਚਲਾ ਦਿੱਤਾ ਜੀ, ਵੀ $5 ਉਹ ਲੈਂਦਾ ਅਤੇ ਤੁਹਾਨੂੰ ਉਹ ਜਿਹੜਾ ਸਫ਼ਰ ਹੈ ਵੀ ਆਪਣੀ ਕਾਰ ਦੇ ਵਿੱਚ ਕਰਨ ਦੀ ਲੋੜ ਨਹੀਂ, ਇਸ ਤਰ੍ਹਾਂ ਦੇ ਕੋਈ ਸਕੂਟਰ ਉੱਥੇ ਹੈ ਨਹੀਂ, ਇਹ ਗੱਲ ਸਹੀ ਹੈ ਜੀ? ਨਹੀਂ ਜੀ, ਉਹ ਇੱਕ ਮਜ਼ਾਕ ਬਣਾਇਆ ਗਿਆ ਜੀ ਕਿਸੇ ਵੱਲੋਂ। ਅਸਲ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸ਼ੌਂਕ ਹੈਗੇ ਆ ਕਿ ਪੰਜਾਬ ਤੋਂ ਜਿਹੜੀਆਂ ਚੀਜ਼ਾਂ ਲਿਆਂਦੀਆਂ ਜਾਣ, ਇੱਥੇ ਟਰੈਕਟਰ ਮੰਗਵਾਏ ਗਏ ਆ, ਟਰਾਲੀਆਂ ਮੰਗਵਾਈਆਂ ਗਈਆਂ, ਜੀਪਾਂ ਮੰਗਵਾਈਆਂ ਗਈਆਂ, ਤੇ ਹਰੇਕ ਬੰਦੇ ਦੀ ਕੋਸ਼ਿਸ਼ ਹੈ ਕਿ ਮੈਂ ਨਵੀਂ ਚੀਜ਼ ਲੈ ਕੇ ਪੇਸ਼ ਕਰਾਂ। ਕੋਈ ਬੁਲਟ ਮੋਟਰਸਾਈਕਲ ਲੈ ਆਇਆ, ਕੋਈ ਚੇਤਕ ਬਜਾਜ ਸਕੂਟਰ ਲੈ ਆਇਆ, ਤੇ ਭਾਈ ਸਾਹਿਬ ਜਿਹੜੇ ਆਟੋ ਰਿਕਸ਼ਾ ਲੈ ਕੇ ਆਏ ਆ ਜੀ। ਅੱਛਾ ਜੀ, ਕੋਈ ਬਹੁਤੀ ਵੱਡੀ ਗੱਲ ਨਹੀਂ ਜੀ, ਵੀ ਅਗਲੇ ਸਾਲ ਤੱਕ ਬਲਦ ਗੱਡੀਆਂ ਵੀ ਲੈ ਆਉਣ, ਤੇ ਇਹ ਇੱਕ ਨਵੇਕਲੀ ਗੱਲ ਕਰਨ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਜਸਟ ਇੱਕ ਕਹਿ ਲਓ ਬ੍ਰਾਂਡ ਕੀਤਾ ਜੀ, ਪਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਕਿ ਇੱਥੇ ਆਟੋ ਰਿਕਸ਼ੇ ਚੱਲਣ ਲੱਗ ਪਏ।
ਠੀਕ ਹੈ ਜੀ। ਲਓ ਜੀ, ਗੁਰਪ੍ਰੀਤ ਸਿੰਘ ਜੀ ਸਹੋਤਾ ਸਾਡੇ ਨਾਲ ਲਾਈਨ 'ਤੇ ਹਨ। ਕਈ ਵਾਰੀ ਇਸ ਤਰ੍ਹਾਂ ਦੇ ਜਿਹੜਾ ਕਹਿ ਲਓ ਵੀ ਮਜ਼ਾਹੀਆ ਅੰਦਾਜ਼ ਦੇ ਵਿੱਚ ਲੋਕ ਸੋਸ਼ਲ ਮੀਡੀਆ 'ਤੇ ਆ ਕੇ ਪੇਸ਼ ਹੁੰਦੇ ਨੇ, ਇੱਕ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨਾ ਚਾਹੁੰਦੇ ਹਾਂ ਜਾਂ ਕਹਿ ਲਓ ਵੀ ਇਹ ਤੁਹਾਡੇ ਕੋਲੋਂ ਵੈਰੀਫਾਈ ਕਰਵਾਉਣਾ ਚਾਹੁੰਦੇ ਹਾਂ, ਜਿਹੜੀ ਕਿ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਗੱਲਾਂ ਛੇਤੀ ਘੁੰਮਦੀਆਂ ਨੇ ਵੀ ਪੰਜਾਬੀ ਗਾਇਕ ਕਰਨ ਔਜਲਾ ਉਸ 'ਤੇ ਕੋਈ ਅਟੈਕ ਹੋਣ ਦੀ ਖਬਰ ਸੀ, ਕੋਈ ਗੈਂਗਸਟਰਸ ਨੇ ਇਸ ਤਰ੍ਹਾਂ ਕੀਤਾ, ਹੋ ਸਕਦਾ ਕੀ ਆ ਜੀ ਅਸਲ ਦੇ ਵਿੱਚ ਵਾਪਰਿਆ? ਜਿਹੜੀ ਅਸਲੀਅਤ ਇਹ ਹੈ ਜੀ ਕਿ ਸਰੀ ਤੋਂ 40-50 ਕਿਲੋਮੀਟਰ ਬਾਹਰ ਵਾਰ ਐਰੋਸਪੋਰਟ ਸ਼ਹਿਰ ਸਥਿਤ ਹੈਗਾ ਜੀ, ਫਾਰਮਿੰਗ ਏਰੀਆ, ਉੱਥੇ ਬਹੁਤ ਪਾਪੂਲੇਸ਼ਨ ਪੰਜਾਬੀਆਂ ਦੀ ਹੈਗੀ ਹੈ, ਤੇ ਉੱਥੇ ਸਥਿਤ ਘਰ ਦੇ ਵਿੱਚ ਜਿਹੜਾ ਇਹ ਗਾਇਕ ਕਰਨ ਔਜਲਾ ਤੇ ਉਹਦਾ ਸਾਥੀ ਸੰਦੀਪ ਰਿਹਾਨ ਸਰੀ ਦੇ ਰਹਿਣ ਵਾਲੇ ਆ ਦੋਨੇ, ਤੇ ਉੱਥੇ ਸੀਗੇ ਜੀ ਇਹ, ਤੇ ਦੋ ਵਾਰ ਜਿਹੜੇ ਆ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਜਿਹੜੀਆਂ ਕੁਝ ਗੋਲੀਆਂ ਚਲਾਈਆਂ ਗਈਆਂ ਉਹ ਉਸ ਘਰ ਦੇ ਵਿੱਚ ਵੱਜੀਆਂ ਜੀ, ਜਿਹੜੀ ਗੱਡੀ ਖੜੀ ਸੀ ਡਰਾਈਵੇ ਦੇ ਵਿੱਚ ਉਹਦੇ ਵਿੱਚ ਵੱਜੀਆਂ। ਜਿਵੇਂ ਕਿ ਭਾਰਤੀ ਚੈਨਲਾਂ ਵੱਲੋਂ ਖਬਰ ਚਲਾ ਦਿੱਤੀ ਗਈ ਸੀ ਕਿ ਕਰਨ ਔਜਲਾ ਜ਼ਖਮੀ ਹੋ ਗਿਆ, ਉਹ ਬਿਲਕੁਲ ਝੂਠ ਸੀ। ਦੂਜੇ ਪਾਸੇ ਜਿਵੇਂ ਕਰਨ ਔਜਲਾ ਵੱਲੋਂ ਕਿਹਾ ਗਿਆ ਕਿ ਮੈਂ ਬਿਲਕੁਲ ਠੀਕ ਠਾਕ ਹਾਂ, ਕੋਈ ਗੱਲ ਨੀ ਹੋਈ ਹੋਊਗੀ, ਗੱਲ ਝੂਠ ਆ। ਪੁਲਿਸ ਨੇ ਜਿਹੜੇ ਉੱਥੋਂ ਦੇ ਐਪਸੋਡ ਪੁਲਿਸ ਦੇ ਬੁਲਾਰੇ, ਉਹਨਾਂ ਨੇ ਕਨਫਰਮ ਕੀਤਾ ਜੀ ਕਿ ਗੋਲੀਆਂ ਚੱਲੀਆਂ ਤੇ ਗੱਡੀ ਦੇ ਵਿੱਚ ਲੱਗੀਆਂ, ਘਰ ਦੇ ਵਿੱਚ ਲੱਗੀਆਂ। ਉਸ ਤੋਂ ਬਾਅਦ ਵਿੱਚ ਇੱਕ ਪਿਕਅਪ ਜਿਹੜਾ ਹੈਗਾ ਉੱਥੋਂ ਘਟਨਾ ਸਥਾਨ ਤੋਂ ਜਾਂਦਾ, ਜਿਹੜਾ ਕੁੱਝ ਨਾਲ ਦੇ ਫਾਰਮਾਂ ਦੇ ਵਿੱਚ ਕੈਮਰੇ 'ਚ ਰਿਕਾਰਡ ਹੋਇਆ, ਤੇ ਪੁਲਿਸ ਜਿਹੜੀ ਆ ਉਹ ਜਾਂਚ ਕਰ ਰਹੀ ਹੈ। ਕਿਉਂਕਿ ਇੱਕ ਦਿਨ ਪਹਿਲਾਂ ਵੀ ਉਸੇ ਇਲਾਕੇ ਦੇ ਵਿੱਚ ਜਿਹੜਾ ਹੈਗਾ ਇੱਕ ਅਟੈਕ ਹੋਇਆ, ਤੇ ਉਸ ਤੋਂ ਬਾਅਦ ਵਿੱਚ ਪੁਲਿਸ ਨੇ ਉਹਨਾਂ ਗੱਡੀਆਂ ਦਾ ਪਿੱਛਾ ਕੀਤਾ। ਸੱਤ ਜਾਣੇ ਜਿਹੜੇ ਆ ਜੀ ਉਹ, ਜਿਹਨਾਂ ਦੀ ਉਮਰ 17 ਸਾਲ ਤੋਂ ਲੈ ਕੇ 21 ਸਾਲ ਦੀ ਸੀਗੀ, ਉਹ ਦੋ ਗੱਡੀਆਂ ਦੇ ਵਿੱਚੋਂ ਫੜੇ ਗਏ ਦੂਰ ਜਾ ਕੇ ਪਲੇਨ ਦੀ ਹੈਲੀਕਾਪਟਰ ਦੀ ਮਦਦ ਦੇ ਨਾਲ, ਤੇ ਉਹਨਾਂ ਦੇ ਉੱਤੇ ਚਾਰਜ ਕੀ ਲੱਗਣੇ ਹਾਲੇ ਪੁਲਿਸ ਨੇ ਦੱਸਿਆ ਨੀ, ਉਹਨਾਂ ਦੇ ਨਾਂ ਕੀ ਆ ਉਹ ਨੀ ਜਿਹੜੇ ਜਨਤਕ ਕੀਤੇ, ਪਰ ਇਹ ਜਿਹੜੀਆਂ ਘਟਨਾਵਾਂ ਹੋਈਆਂ ਨੇ ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਸੋਸ਼ਲ ਮੀਡੀਆ ਦੇ ਲੋਕ ਜਾਣੂਗਾ ਉਹ ਜਾਣਦੇ ਨੇ ਕਿ ਉੱਥੇ ਇੱਕ ਦਵਿੰਦਰ ਬੰਬੀਹਾ ਗਰੁੱਪ ਹੈਗਾ ਜੀ, ਪੰਜਾਬ ਦੇ ਵਿੱਚ ਗੈਂਗਸਟਰ ਆਪ ਕਤਲ ਹੋ ਚੁੱਕਾ, ਉਹਦਾ ਜਿਹੜਾ ਗਰੁੱਪ ਹੈਗਾ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਸੁਖਪ੍ਰੀਤ ਬੁੱਢਾ ਗੈਂਗਸਟਰ, ਤੇ ਅਸੀਂ ਇਹ ਕੰਮ ਕੀਤਾ। ਉਸ ਤੋਂ ਬਾਅਦ ਇੱਕ ਹੋਰ ਪੇਜ ਜਿਹੜਾ ਉਹਦੇ ਨਾਂ ਦੇ ਉੱਤੇ ਚੱਲਦਾ, ਹੁਣ ਪਤਾ ਨੀ ਉਹ ਅਸਲੀ ਲੋਕ ਚਲਾ ਰਹੇ ਆ ਕਿ ਨਕਲੀ ਆ, ਉਹਨਾਂ ਨੇ ਕਿਹਾ ਸਾਡਾ ਕੋਈ ਇਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ। ਪਰ ਜਿਹੜੀ ਗੱਲ ਸਾਰੇ ਦਾਰੋਮਦਾਰ ਵਿੱਚ ਚਿੰਤਾ ਵਾਲੀ ਹੈ ਉਹ ਇਹ ਹੈ ਕਿ ਕੀ ਹੁਣ ਪੰਜਾਬ ਦੇ ਗੈਂਗਸਟਰ ਇੰਨੇ ਤਕੜੇ ਹੋ ਗਏ ਕਿ ਉਹ ਕਨੇਡਾ ਦੇ ਵਿੱਚ ਆਣ ਕੇ ਵੀ ਹਮਲੇ ਕਰਵਾ ਸਕਦੇ, ਜਾਂ ਕੀ ਪੰਜਾਬ ਦੇ ਗੈਂਗਸਟਰਾਂ ਦੇ ਜਿਹੜੀ ਕਨੇਡਾ ਦੇ ਵਿੱਚ ਡਰੱਗ ਵੇਚਣ ਵਾਲੇ ਆ ਜਾਂ ਗੈਂਗਸਟਰ ਹੈਗੇ ਉਹਨਾਂ ਦੇ ਨਾਲ ਸੰਬੰਧ ਬਣ ਗਏ ਆ, ਜਾਂ ਪੰਜਾਬ ਦੇ ਗੈਂਗਸਟਰਾਂ ਵਿੱਚੋਂ ਉਹਨਾਂ ਦੇ ਸਾਥੀ ਜਿਹੜੇ ਆ ਉਹ ਇਮੀਗ੍ਰੈਂਟ ਹੋ ਕੇ ਕੈਨੇਡਾ ਕਿਸ ਤਰ੍ਹਾਂ ਪਹੁੰਚ ਚੁੱਕੇ ਆ, ਤੇ ਉਹ ਇਹ ਕੰਮ ਕਰ ਰਹੇ ਆ। ਇਹ ਸਵਾਲ ਜਿਹੜੇ ਆ ਜ਼ਿਆਦਾ ਵੱਡੇ ਚਿੰਤਾਜਨਕ ਨੇ। ਇਸ ਤੋਂ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਸਿੱਧੂ ਮੂਸੇ ਵਾਲੇ ਦੇ ਸ਼ੋਅ ਦੇ ਵਿੱਚ ਕਲੀ ਦੇ ਵਿੱਚ ਇਸੇ ਤਰ੍ਹਾਂ ਕਾਤਲਾਨਾ ਹਮਲਾ ਹੋਇਆ ਸੀ, ਇੱਕ ਨੌਜਵਾਨ ਤੇ ਉਹਦੀ ਧੌਣ ਦੇ ਵਿੱਚ ਚਾਕੂ ਵੱਜਿਆ, ਬਹੁਤ ਦਿਨ ਕੋਮਾ ਤੋਂ ਰਹਿਣ ਦੇ ਵਿੱਚ ਬਾਅਦ ਉਹ ਮੁੰਡਾ ਜਿਹੜਾ ਸੀ ਸਿਹਤਯਾਬ ਹੋਇਆ। ਹੁਣ ਉਹ ਇਹ ਜਿਹੜੇ ਗਾਇਕ ਨੇ ਜੀ, ਇਹ ਹੁਣ ਅਕਸਰ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਜਿਹੋ ਜਿਹਾ ਗਾਇਆ ਜਾ ਰਿਹਾ ਆ ਉਹੋ ਜਿਹੀ ਜਿਹੜੀ ਆ ਬਰੀਡ ਮੂਹਰੇ ਪੈਦਾ ਹੋ ਰਹੀ ਆ, ਇਹਨਾਂ ਦੇ ਸ਼ੋਅ ਦੇ ਵਿੱਚ ਅਕਸਰ ਲੜਾਈਆਂ ਜਿਹੜੀਆਂ ਹੁੰਦੀਆਂ, ਤੇ ਵੱਖ ਵੱਖ ਜਿਹੜੇ ਗੈਂਗਸਟਰ ਨੇ, ਈਵਨ ਜਿਹੜਾ ਸੁਖਪ੍ਰੀਤ ਬੁੱਢੇ ਦਾ ਇੱਕ ਪੇਜ ਚੱਲ ਰਿਹਾ ਫੇਸਬੁੱਕ ਦੇ ਉੱਤੇ, ਉਹਦੇ ਵਿੱਚ ਵੀ ਇਹੀ ਗੱਲ ਕਹੀ ਗਈ ਆ ਕਿ ਜਿਹੜੇ ਤੁਸੀਂ ਸਾਨੂੰ ਗੈਂਗਸਟਰ ਬਣਾਉਣ ਵਾਲੇ ਆ, ਤੁਹਾਡੇ ਜਿਹੜੇ ਗਾਣੇ ਆ ਉਹ ਨਵੀਂ ਪੀੜ੍ਹੀ ਨੂੰ ਖਰਾਬ ਕਰ ਰਹੇ ਆ, ਤੇ ਉਹਨਾਂ ਦੇ ਸਿੱਟੇ ਵੀ ਤੁਹਾਨੂੰ ਭੁਗਤਣੇ ਪੈਣਗੇ। ਸੋਤਾ ਸਾਹਿਬ, ਤੁਸੀਂ ਇਹ ਵੈਸੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸ਼ਾਇਦ ਉਹ ਖਾੜਕੂਵਾਦ ਵਾਲਾ ਸਮਾਂ ਨਾ ਯਾਦ ਆ ਗਿਆ ਹੋਵੇ ਵੀ ਉਦੋਂ ਜ਼ਿੰਮੇਵਾਰੀਆਂ ਲੈਣ ਦਾ ਹੁੰਦਾ ਸੀ, ਵੀ ਕੋਈ ਕਹਿੰਦਾ ਸੀ ਵੀ ਮੈਂ ਇਹ ਐਂ ਕਰਵਾਤੀ ਜੀ ਆ ਵਾਰਦਾਤ, ਫਿਰ ਵਿੱਚ ਕੋਈ ਕਹਿੰਦੇ ਸੀ ਨਹੀਂ ਜੀ ਸਾਡਾ ਕੋਈ ਸੰਬੰਧ ਨਹੀਂ। ਹੁਣ ਇਹ ਗੈਂਗਸਟਰਾਂ ਦਾ ਵੀ ਉਹੀ ਕੰਮ ਹੈ, 10 ਸਾਲ ਪਹਿਲਾਂ ਆਪਾਂ ਖਬਰਾਂ 'ਚ ਸਾਂਝਾ ਕਰਦੇ ਹੁੰਦੇ ਸੀ ਵੀ ਇੱਕ ਦਿਨ ਸਮਾਂ ਐਸਾ ਆ ਜਾਣਾ ਵੀ ਇਹਨਾਂ ਗੈਂਗਸਟਰਾਂ ਦੇ ਉੱਦਾਂ ਪੁਲਿਸ ਨਾਲ ਮੁਕਾਬਲੇ ਹੋਇਆ ਕਰਨਗੇ ਜਿੱਦਾਂ ਕਿ ਖਾੜਕੂਆਂ ਦੇ ਜਾਂ ਅੱਤਵਾਦੀਆਂ ਦੇ ਹੁੰਦੇ ਨੇ, ਉਹ ਸਭ ਕੁਝ ਸਿਨੈਰੀਓ ਆਪਣੇ ਸਾਹਮਣੇ ਆ।
ਪਰ ਕੈਪਟਨ ਅਮਰਿੰਦਰ ਸਿੰਘ ਅਤੇ ਉੱਥੇ ਭਾਰਤ ਸਰਕਾਰ ਦਾ ਇਹ ਬੜਾ ਜ਼ੋਰ ਲੱਗਾ ਹੋਇਆ ਕਿ ਕੈਨੇਡਾ ਦੇ ਵਿੱਚ ਖਾਲਿਸਤਾਨੀ ਆ ਜੀ, ਵੱਖਵਾਦੀ ਆ ਜੀ, ਇਹ ਸਾਡੇ ਦੇਸ਼ ਦੇ ਵਿੱਚ ਇੱਥੇ ਮਾਹੌਲ ਖਰਾਬ ਕਰਦੇ ਆ ਜੀ। ਪਰ ਹੁਣ ਤਾਂ ਫਿਰ ਟਰੂਡੋ ਸਾਹਿਬ ਵੀ ਕਹਿ ਸਕਦੇ ਮੋਦੀ ਸਾਹਿਬ ਨੂੰ ਕਿ ਤੁਹਾਡੇ ਦੇਸ਼ ਦੇ ਗੈਂਗਸਟਰ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਜੀ। ਬਿਲਕੁਲ ਜੀ, ਇਹ ਦੋਸਤ ਤੁਸੀਂ ਤਰਕ ਦਿੱਤਾ ਜੀ ਕਿ ਸ਼ਰੇਆਮ ਦੀਆਂ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ, ਤੇ ਇਹਦੇ ਵਿੱਚ ਕਿਤੇ ਨਾ ਕਿਤੇ ਗੱਲ ਹੈਗੀ ਆ ਕਿ ਦੇਖਣ ਦੇ ਵਿੱਚ ਆ ਰਿਹਾ ਕਿ ਜਿਹੜਾ ਪ੍ਰਵਾਸ ਖੋਲਿਆ ਗਿਆ, ਜਿਹਦਾ ਫਾਇਦਾ ਉਠਾ ਕੇ ਬਹੁਤ ਸਾਰੇ ਜਿਹੜੇ ਗਲਤ ਅਨਸਰ ਆ ਉਹਨਾਂ ਨੇ ਵੀ ਪ੍ਰਵਾਸ ਕੀਤਾ ਕਿਸੇ ਨਾ ਕਿਸੇ ਤਰੀਕਾ ਆਪਣੀ ਕ੍ਰਿਮੀਨਲ ਹਿਸਟਰੀ ਲੁਕੋ ਕੇ, ਕਿਉਂਕਿ ਉੱਥੇ ਜਿਹੜੀ ਵੈਰੀਫਿਕੇਸ਼ਨ ਹੁੰਦੀ ਆ ਉਹ ਪੰਜਾਬ ਪੁਲਿਸ ਹੀ ਕਰਦੀ ਆ ਜੀ। ਪੰਜਾਬ ਪੁਲਿਸ ਵੱਲੋਂ ਵੈਰੀਫਿਕੇਸ਼ਨ ਦੇਣੀ ਕਿਸੇ ਨੂੰ ਸਹੀ ਸਿੱਧ ਕਰਨਾ ਕਿਸੇ ਨੂੰ ਮਾੜਾ ਸਿੱਧ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ। ਤੇ ਬਾਕੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੱਲ ਹੈ, ਉਹਨਾਂ ਦੇ ਅੱਜ ਲਾਅ ਐਂਡ ਆਰਡਰ ਦਾ ਜਿਹੜਾ ਪੋਲ ਹੈ ਉਹਨਾਂ ਦੇ ਇੰਸਪੈਕਟਰ ਇੰਦਰਜੀਤ ਨੇ ਖੋਲ ਦਿੱਤਾ ਜੀ। ਇੰਸਪੈਕਟਰ ਇੰਦਰਜੀਤ ਜਿਹੜਾ ਖੁਦ 500 ਤੋਂ ਉੱਪਰ ਨੌਜਵਾਨਾਂ ਦੇ ਕਤਲ ਵਾਸਤੇ ਸਮਝਿਆ ਜਾਂਦਾ ਕਿ ਉਹਨੇ ਮੁੰਡੇ ਮਾਰੇ ਆ ਜੀ ਖੜਕੂਆ ਦੇ ਵੇਲੇ ਵੀ, ਉਸ ਤੋਂ ਬਾਅਦ ਨਸ਼ਿਆਂ ਦੇ ਵਿੱਚ ਮੁੰਡੇ, ਇਸਦੇ ਨਾਲ ਉਹਨੇ ਅਨੇਕਾਂ ਗੈਂਗਸਟਰ ਬਣਾਏ ਆ, ਉਹਦੇ ਜੇਲ੍ਹ ਭੇਜੇ, 3 ਜਣੇ ਬਰੀ ਹੋ ਗਏ ਜਿਸ ਮਾਮਲੇ ਦੇ ਵਿੱਚ, ਉਹਦੇ ਘਰੇ ਛਾਪਾ ਵੱਜਾ, ਉੱਥੋਂ ਡਰੱਗ ਬਰਾਮਦ ਹੋਈ, AK-47 ਰਾਈਫਲ ਬਰਾਮਦ ਹੋਈ, ਉਸ ਕੇਸ ਵਿੱਚ ਉਹ ਪਟਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਸੀਗਾ, ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਹੁਣ ਰੋਪੜ ਜਿਹੜਾ ਜੇਲ੍ਹ ਤਬਦੀਲ ਕੀਤਾ ਗਿਆ ਜਿੱਥੇ ਉਹਦਾ ਕਟਾਪਾ ਹੋ ਰਿਹਾ ਪਤਾ ਲੱਗਾ 2-4 ਦਿਨਾਂ ਤੋਂ, ਕਿਉਂਕਿ ਪਟਿਆਲਾ ਜੇਲ੍ਹ ਦੇ ਵਿੱਚ ਉਹ ਇੱਕ ਵੱਖਰਾ ਸੈੱਲ ਬਣਿਆ ਹੋਇਆ ਜਿੱਥੇ ਪੁਲਿਸ ਮੁਲਾਜ਼ਮ ਬੰਦ ਹੈ ਜਿਹੜੇ ਅੰਦਰ ਜੇਲ੍ਹ ਵਿੱਚ, ਅਤੇ ਇਸ ਰੋਪੜ ਜੇਲ੍ਹ ਦੇ ਵਿੱਚ ਅਜਿਹਾ ਪ੍ਰਬੰਧ ਹੈ ਨਹੀਂ ਗਾ, ਅਤੇ ਉੱਥੇ ਉਹਦੇ ਕੁੱਟ ਪੈ ਰਹੀ ਹੈ ਜੀ। ਤੁਹਾਡੀ ਪਤਨੀ ਨੇ ਹੁਣ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਕਿ ਮੇਰੇ ਪਤੀ ਨੂੰ ਬਚਾਇਆ ਜਾਵੇ, ਕੁਝ ਪੁਲਿਸ ਅਫਸਰਾਂ ਤੋਂ ਮੇਰੀ ਜਾਨ ਨੂੰ ਕਹਿੰਦੇ ਉਹਦੀ ਜਾਨ ਨੂੰ ਖਤਰਾ ਆ, ਕਿਉਂਕਿ ਇੰਦਰਜੀਤ ਕੋਲ ਕੁਝ ਵੱਡੇ ਪੁਲਿਸ ਅਫਸਰਾਂ ਦੇ ਬਹੁਤ ਡੂੰਘੇ ਰਾਜ਼ ਹੈਗੇ ਆ ਜੀ, ਇਸ ਕਰਕੇ ਉਹਨੂੰ ਪੂਲੇ ਵਾਂਗੂ ਜੇਲ੍ਹ ਦੇ ਵਿੱਚ ਮਰਵਾਇਆ ਜਾ ਸਕਦਾ। ਸੋ ਇੱਕ ਗੈਂਗਸਟਰਾਂ ਦਾ ਅਤੇ ਪੁਲਿਸ ਵਾਲਿਆਂ ਦਾ ਨੈਕਸਸ ਜਿਹੜਾ ਆ ਉਹ ਸਾਹਮਣੇ ਆ ਰਿਹਾ, ਅਤੇ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਵੱਲ ਨੂੰ ਬਹੁਤ ਮੂੰਹ ਕਰਕੇ ਜਲਦੀ ਬਿਆਨ ਦਿੰਦੇ ਆ, ਉਹਨਾਂ ਦੀ ਆਪਣੀ ਬਗਲ ਵਿੱਚ ਕੀ ਹੋ ਰਿਹਾ ਇਹਦੇ ਬਾਰੇ ਉਹਨਾਂ ਨੂੰ ਕੋਈ ਖਬਰ ਨਹੀਂ। ਪਰ ਹੈਰਾਨੀ ਦੀ ਗੱਲ ਹੈ ਵੀ ਇਸ ਸਭ ਕੁਝ ਦੇ ਬਾਵਜੂਦ ਵੀ ਇੱਕ ਪਾਸੇ ਪੂਰੀ ਇਹ ਪਬਲਿਕ ਓਪੀਨੀਅਨ ਆ ਵੀ 2 ਸਾਲ ਹੋ ਗਿਆ ਸਰਕਾਰ ਨੂੰ ਬਣੀ ਨੂੰ, ਕੀਤਾ ਕੱਖ ਨਹੀਂ, ਸਾਰੇ ਵਾਅਦੇ ਅਧੂਰੇ ਨੇ। ਪਰ ਤੁਸੀਂ ਕੋਈ ਇਲੈਕਸ਼ਨ ਚੱਕ ਕੇ ਦੇਖ ਲਓ, ਕਾਂਗਰਸ ਪਾਰਟੀ ਅੱਗੇ ਹੀ ਅੱਗੇ ਆ ਜੀ, ਭਈ ਇਹ ਪਤਾ ਨਹੀਂ ਫਿਰ ਲੋਕ ਵੋਟ ਪਾਉਣ ਲੱਗੇ ਕਿਸ ਤਰੀਕੇ ਨਾਲ ਸੋਚਦੇ ਆ। ਅਸਲ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਵੋਟਾਂ ਪਾਉਣ ਦਾ ਵੱਡਾ ਕਾਰਨ ਬੀਜੇਪੀ ਦੀ ਮਿਹਰਬਾਨੀ ਹੈ, ਮੋਦੀ ਸਾਹਿਬ ਜਿਹੜੇ ਆ ਉਹ ਪੂਰੀ ਤਰ੍ਹਾਂ ਮਿਹਰਬਾਨ ਨੇ, ਜਿਹੜਾ ਕੰਮ ਕੋਈ ਕਾਂਗਰਸੀ ਜਿਹੜੇ ਕੋਈ ਭਾਜਪਾ ਹੀ ਮੰਤਰੀ ਜਾਂ ਮੁੱਖ ਮੰਤਰੀ ਪੰਜਾਬ ਚ ਹੋ ਕੇ ਨਹੀਂ ਕਰ ਸਕਦਾ, ਕੈਪਟਨ ਸਾਹਿਬ ਉਹਨਾਂ ਨੇ ਸਾਰੇ ਉਹ ਕੰਮ ਕਰ ਰਹੇ ਆ। ਇੱਕ ਬਹੁਤ ਵੱਡੀ ਤਕੜੀ ਸਿਆਸਤ ਅਧੀਨ ਖੇਤਰੀ ਪਾਰਟੀਆਂ ਨੂੰ ਖਤਮ ਕੀਤਾ ਜਾ ਰਿਹਾ, ਅਕਾਲੀ ਦਲ ਜਿਹੜੀ ਕਿ ਉਹਨਾਂ ਦੀ ਸਹਿਯੋਗੀ ਪਾਰਟੀ ਆ, ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਸਾਰਾ ਕੈਪਟਨ ਨੂੰ ਸਹਿਯੋਗ ਦਿੱਤਾ ਜਾ ਰਿਹਾ, ਸਾਊਥ ਦੇ ਵਿੱਚ ਵੀ ਇਹੀ ਜ਼ੋਰ ਲਾਇਆ ਜਾ ਰਿਹਾ, ਹਜੇ ਅਕਾਲੀ ਦਲ ਇਹ ਗੱਲ ਸਮਝ ਨਹੀਂ ਰਿਹਾ, ਪਰ ਇਹ ਸਾਰਾ ਕੁਛ ਜਿਹੜਾ ਕੈਪਟਨ ਨੂੰ ਜਿਤਾਉਣਾ ਪੰਜਾਬ ਦੇ ਵਿੱਚ, ਇਹ ਕਿਤੇ ਨਾ ਕਿਤੇ ਜਾ ਕੇ ਗੱਲਾਂ ਉੱਧਰ ਜੁੜਦੀਆਂ, ਕਿਉਂਕਿ ਜਿਹੜੀ ਭਾਜਪਾ ਹੈਗੀ ਆ ਉਹ ਜਿਹੜੀ ਕੇਂਦਰ ਦੇ ਸਟਰੋਂਗ ਦੀ ਜਿਹੜੀ ਹੈਗੀ ਆ ਚਾਹ ਨਾਲ ਰੱਖਦੀ ਆ, ਕਾਂਗਰਸ ਦੀ ਵੀ ਇਹੀ ਦਿੱਤੀ ਆ, ਇਹ ਦੋਵੇਂ ਪਾਰਟੀਆਂ ਜਿਹੜੀਆਂ ਆ ਚਾਹੁੰਦੀਆਂ ਕਿ ਖੇਤਰੀ ਪਾਰਟੀਆਂ ਖਤਮ ਹੋ ਜਾਣ ਸਾਰੇ ਭਾਰਤ ਦੇ ਵਿੱਚੋਂ, ਤਾਂ ਕਿ ਇੱਕ ਜਿਹੜਾ ਭਾਜਪਾ ਵੱਲੋਂ ਕਾਂਗਰਸ ਨੂੰ ਇੱਕ ਮਨਸਨੂਈ ਜਿਹੜਾ ਕਹਿ ਸਕਦੇ ਹਾਂ ਕਿ ਦੁਸ਼ਮਣ ਬਣਾ ਕੇ ਰੱਖਿਆ ਹੋਇਆ, ਕਿ ਇਹਨੂੰ ਹਰਾਉਣਾ ਸੌਖਾ, ਇੱਕ ਵਾਰੀ ਖੇਤਰੀ ਪਾਰਟੀਆਂ ਖਤਮ ਹੋ ਜਾਂਦੀਆਂ ਫਿਰ ਕੋਈ ਡਰ ਨਹੀਂ ਜੀ ਦਿੰਦਾ। ਸੋ ਉਸੇ ਅਧੀਨ ਜਿਹੜਾ ਆ ਜਿਹੜੀ ਸ਼ਹਿਰੀ ਵੋਟ ਆ ਉਹ ਕੈਪਟਨ ਸਾਹਿਬ ਨੂੰ ਪਵਾਈ ਜਾਂਦੀ ਆ, ਕਾਂਗਰਸ ਨੂੰ ਪਵਾਈ ਜਾਂਦੀ ਆ, ਤੇ ਕੁਝ ਇਹ ਵੀ ਗੱਲ ਹੈ ਕਿ ਅਕਾਲੀਆਂ ਦੇ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਹਨਾਂ ਦੇ ਕਾਰਨ ਪੇਂਡੂ ਮਨਾਂ ਦੇ ਵਿੱਚ ਗੁੱਸਾ ਹੱਲੇ ਵੀ ਜਿਹੜਾ ਉਹ ਬਣਿਆ ਹੋਇਆ, ਜਿਹੜੀਆਂ ਸਿੱਟ ਦੇ ਵਿੱਚ ਜਾਂਚ ਦੇ ਵਿੱਚ ਗੱਲਾਂ ਬਾਹਰ ਆਈਆਂ ਉਹ ਤਾਜ਼ੀਆਂ ਨੇ ਹਜੇ ਲੋਕਾਂ ਦੇ ਮਨਾਂ ਵਿੱਚ। ਸੋ ਪੇਂਡੂ ਵੋਟ ਇਸ ਕਰਕੇ ਵੀ ਕਾਂਗਰਸ ਦੇ ਜ਼ੁਲਮ ਭੁੱਲ ਕੇ ਜਿਹਨੇ ਕਿ ਦਰਬਾਰ ਸਾਹਿਬ ਢਾਹਤਾ, ਜਿਹਨੇ ਕਿ ਹਜ਼ਾਰਾਂ ਜਿਹੜੇ ਨੌਜਵਾਨ ਪੰਜਾਬ ਦੇ ਝੂਠੇ ਮੁਕਾਬਲਿਆਂ ਵਿੱਚ ਮਾਰਦੇ, ਬਹੁਤ ਵੱਡੇ ਵੱਡੇ ਜ਼ੁਲਮ ਕੀਤੇ,
ਉਹਨਾਂ ਨੂੰ ਭੁਲਾ ਕੇ ਅਕਾਲੀ ਦਲ ਦੇ ਤਾਜ਼ਾ ਜਿਹੜੀਆਂ ਗੱਲਾਂ ਕੀਤੀਆਂ ਗਲਤੀਆਂ ਕੀਤੀਆਂ ਉਹਨਾਂ ਨੂੰ ਜ਼ਿਆਦਾ ਚੇਤੇ ਰੱਖ ਰਹੇ ਆ, ਇਸ ਕਰਕੇ ਕਾਂਗਰਸ ਦੇ ਪਰੜੇ ਦੇ ਵਿੱਚ ਉਹ ਭੁਗਤ ਰਹੇ ਆ। ਵੈਸੇ ਸੋਤਾ ਸਾਹਿਬ ਤੁਹਾਨੂੰ ਤੁਸੀਂ ਬੜੀ ਬਾਖੂਬੀ ਨਜ਼ਰ ਰੱਖਦੇ ਹੋ ਵੀ ਅਕਾਲੀ ਦਲ ਤਾਂ ਕੀ ਆ, ਇੱਕ ਟੱਬਰ ਹੀ ਹੈ, ਉਸ ਟੱਬਰ ਨੂੰ ਐਨ ਨਿਵਾਜ ਕੇ ਵੀ ਸਾਰੇ ਪੰਜਾਬ 'ਚੋਂ ਹਾਰ ਗਏ ਅਤੇ ਉਹ ਆਪ ਦੋ ਜੀ ਜਿੱਤ ਗਏ, ਸੋ ਉਸ ਟੱਬਰ ਨੂੰ ਇੱਕ ਤਰੀਕੇ ਦੇ ਨਾਲ ਭਾਜਪਾ ਜਿਹੜੀ ਆ ਵੀ ਖੁਸ਼ ਰੱਖ ਕੇ, ਜੋ ਤੁਸੀਂ ਕਿਹਾ ਵੀ ਉਹ ਕੰਮ ਕਰ ਰਹੇ ਨੇ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਦਾ, ਵੀ ਇਹ ਨਾ ਬੋਲਣ ਕਿਉਂਕਿ ਉਹ ਸੈਲਫਿਸ਼ ਇੰਨੇ ਆ ਵੀ ਉਹਨਾਂ ਦਾ ਟੱਬਰ ਅੱਗੇ ਰਹੇ ਬਸ ਇੰਨਾ ਵੀ ਉਹਨਾਂ ਲਈ ਕਾਫੀ ਹੁੰਦਾ, ਬਾਕੀ ਸਭ ਕੁਝ ਭਾਵੇਂ ਖੂਹ ਖਾਤੇ 'ਚ ਪੈ ਜਾਏ। ਸੋ ਲੱਗਦਾ ਵੀ ਇਹਨਾਂ ਨੂੰ ਖੁਸ਼ ਰੱਖ ਕੇ ਉਹ ਚਾਹੁੰਦੇ ਨੇ ਵੀ ਅਸੀਂ ਬਾਕੀ ਕੰਮ ਚੁੱਪਚਾਪ ਕਰ ਲਈਏ। ਬਿਲਕੁਲ ਜੀ, ਕਿਉਂਕਿ ਹਰੇਕ ਲੀਡਰ ਨੇ ਉੱਥੇ ਬਹੁਤ ਸਾਰੇ ਗਲਤ ਕੰਮ ਕੀਤੇ ਆ, ਅਨੇਕਾਂ ਮਾੜਾ ਮੋਈ ਪੈਸਾ ਬਣਾਇਆ ਹੋਇਆ, ਸੋ ਉਹਨਾਂ ਦੇ ਰਾਜ ਜਿਹੜੇ ਹੈਗੇ ਆ ਵੱਡੇ ਵੱਡੇ ਹੈਗੇ ਆ, ਕਿਸੇ ਨੂੰ ਵੀ CBI ਦੇ ਮਗਰ ਪਾਇਆ, CBI ਨੂੰ ਕਿਸੇ ਦੇ ਵੀ ਮਗਰ ਪਾਇਆ ਜਾ ਸਕਦਾ ਆ। ਸੋ ਗੱਲ ਉਨੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਇੱਕ ਟੱਬਰ ਨੂੰ ਖੁਸ਼ ਕਰਕੇ ਬਾਕੀ ਸਾਰੀ ਪਾਰਟੀਆਂ ਭੋਗ ਪਾ ਦਿੱਤਾ ਗਿਆ। ਪੰਜਾਬ ਦੀਆਂ 10 ਸੀਟਾਂ ਦੇ ਉੱਤੇ ਅਕਾਲੀ ਦਲ ਚੋਣ ਲੜਿਆ, ਉਹਨਾਂ ਵਿੱਚੋਂ ਸਿਰਫ 2 ਸੀਟਾਂ ਜਿਹੜੀਆਂ ਉਹਨਾਂ ਚੋਰੀ ਪਈਆਂ, ਉਹ ਵੀ ਸਿਰਫ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਦੀਆਂ, ਜਿਹੜੇ ਕਿ ਆਪ ਪਾਰਟੀ ਦੇ ਮੁਖੀ ਹੈਗੇ ਆ, ਮੋਹਰੀ ਹੈਗੇ ਆ। ਕੋਈ ਸਮਾਂ ਸੀਗਾ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਆਪਣੇ ਡਰਾਈਵਰ ਨੂੰ ਵੀ ਟਿਕਟ ਦੇ ਦਿੰਦਾ ਸੀਗਾ, ਤਾਂ ਡਰਾਈਵਰ ਜਿੱਤ ਜਾਂਦਾ ਹੁੰਦਾ। ਹਾਂਜੀ, ਇਹਨਾਂ ਲੋਕਾਂ ਦੇ ਮਨਾਂ ਸਤਿਕਾਰ ਸੀ, ਤਾਂ ਹੁਣ ਅਕਾਲੀ ਦਲ ਨੂੰ ਆਪਣੀ ਹੋਂਦ ਬਚਾਉਣ ਲਈ ਜਿਹੜੇ ਪਾਰਟੀ ਦੇ ਸਭ ਤੋਂ ਵੱਡੇ ਦੋ ਆਗੂ ਆ ਉਹਨਾਂ ਨੂੰ ਖੜਾਉਣਾ ਪਿਆ, ਤੇ ਉਹ ਵੀ ਕਿਵੇਂ ਬਠਿੰਡਾ ਤੋਂ ਹਰਦੇਵਿੰਦ ਕੌਰ ਜਿੱਤੀ ਆ ਉਹਦੇ ਬਾਰੇ ਵੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈਗਾ। ਜਿਹੜੀ ਗੱਲਾਂ ਆ ਸਾਰੀਆਂ ਇਹ ਸ਼ੋਅ ਕਰਦੀਆਂ ਕਿ ਖੇਤਰੀ ਪਾਰਟੀਆਂ ਦਾ ਜਿਹੜਾ ਆ ਉਹ ਮਾੜਾ ਸਮਾਂ ਲਿਆਉਣ ਦੀਆਂ ਚਾਲਾਂ ਆ, ਤੇ ਜਿਹੜੇ ਸਾਡੇ ਆਗੂ ਨੇ ਖੇਤਰੀ ਪਾਰਟੀਆਂ ਦੇ ਉਹ ਇੰਨੇ ਕੁ ਆਪਣੇ ਮਿੱਝ ਦੇ ਵਿੱਚ ਕ੍ਰਸਟ ਨੇ ਜਾਂ ਇੰਨੇ ਕੁ ਆਪਣੇ ਆਪ ਲਈ ਚਲੋ ਵੀ ਚੰਗੇ ਸਮਝਦੇ ਆ, ਪਰ ਉਹਨੇ ਪਾਰਟੀਆਂ ਦਾ ਪੂਰੀ ਤਰ੍ਹਾਂ ਜਿਹੜਾ ਆ ਉਹ ਨਾਸ਼ ਮਾਰ ਦਿੱਤਾ। ਹਲੇ ਸਾਊਥ ਦੇ ਵਿੱਚ ਅਜਿਹਾ ਨਹੀਂ ਹੈਗਾ, ਚਾਹੇ ਉਹ ਕਰਨਾਟਕ ਆ, ਚਾਹੇ ਕੇਰਲ ਆ, ਚਾਹੇ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਆ, ਉਹਨਾਂ ਨੇ ਆਪਣੀ ਹੋਂਦ ਕਾਇਮ ਕਰਕੇ ਰੱਖੀ ਹੋਈ ਆ। ਪਰ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਭਾਜਪਾ ਦੇ ਅੱਗੇ ਸਮਰਪਿਤ ਕਰ ਦਿੱਤਾ। ਤੁਸੀਂ ਦੇਖੋ ਕਿ ਇਸ ਵਾਰੀ ਅਕਾਲੀ ਦਲ ਨੇ ਆਪਣਾ ਚੋਣ ਮੈਨੀਫੈਸਟੋ ਵੀ ਜਾਰੀ ਨਹੀਂ ਕੀਤਾ, ਜਿਹੜਾ ਕਿ ਇੱਕ ਪਾਰਟੀ ਵੱਲੋਂ ਚੋਣਾਂ ਲੜਨ ਦੇ ਵਾਸਤੇ ਸਭ ਤੋਂ ਵੱਡੀ ਤੇ ਜ਼ਰੂਰੀ ਗੱਲ ਹੁੰਦੀ ਆ, ਲੋਕਾਂ ਨੂੰ ਦੱਸਣਾ ਕਿ ਉਹਨਾਂ ਦੀ ਸੋਚ ਕੀ ਆ। ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਚੋਣ ਬੈਨਰ ਸੀਗੇ ਉਹ ਹਿੰਦੀ 'ਚ ਬਣਾਏ ਗਏ, ਕਮਲ ਦਾ ਫੁੱਲ ਜਿਹੜਾ ਤੱਕੜੀ ਦੇ ਉੱਤੇ ਭਾਰੂ ਪੈ ਗਿਆ। ਸੋ ਕੋਈ ਵੱਡੀ ਗੱਲ ਨਹੀਂ ਜੀ, ਕੱਲ੍ਹ ਨੂੰ ਇਹ ਉੱਥੇ ਜਿਹੜੇ ਵੱਡੇ ਆਗੂ ਆ ਖੁਦ ਹੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਣ। ਸੋਤਾ ਸਾਹਿਬ, ਤੁਸੀਂ ਡਰਾਈਵਰ ਦਾ ਜ਼ਿਕਰ ਕੀਤਾ, ਆਓ ਫਿਰ ਆਪਾਂ ਥੋੜ੍ਹਾ ਅਫਸੋਸ ਦਾ ਪ੍ਰਗਟਾਵਾ ਵੀ ਕਰ ਲਈਏ ਜੀ ਵੀ ਉਹ ਡਰਾਈਵਰ ਸਨ ਕਿੱਕਰ ਸਿੰਘ, ਜਿਨ੍ਹਾਂ ਦਾ ਜਨਮ 1939 ਦੇ ਵਿੱਚ ਹੋਇਆ ਸੀ, ਬਠਿੰਡਾ ਹਲਕੇ ਤੋਂ ਉਹ 1967 ਦੇ ਵਿੱਚ ਲੋਕ ਸਭਾ ਮੈਂਬਰ ਚੁਣੇ ਗਏ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ, ਜਦੋਂ ਸੰਤ ਫਤਿਹ ਸਿੰਘ ਪਾਰਟੀ ਦੇ ਲੀਡਰ ਸੀ। ਉਹਨਾਂ ਦਾ ਜੀ ਸਰਦਾਰ ਕਿੱਕਰ ਸਿੰਘ ਹੋਣਾ ਦਾ ਦੇਹਾਂਤ ਹੋ ਗਿਆ 4 ਜੂਨ ਨੂੰ, ਅਤੇ ਉਹਨਾਂ ਦਾ ਸੰਸਕਾਰ ਅੰਮ੍ਰਿਤਸਰ 'ਚ ਹੋਇਆ 8 ਜੂਨ ਨੂੰ, ਅਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਭੋਗ ਆ ਜਿਹੜਾ ਜੀ ਵੀ ਉਹ 12 ਜੂਨ ਨੂੰ ਉਹ ਪਵੇਗਾ ਅੰਮ੍ਰਿਤਸਰ ਵਿਖੇ ਹੀ ਜੀ। ਸੋ ਅਫਸੋਸ ਦਾ ਪ੍ਰਗਟਾਵਾ ਜ਼ਰੂਰ ਕਰ ਲਈਏ ਜੀ, ਸਥਿਤੀ ਜੋ ਵੀ ਸੀ। ਬਿਲਕੁਲ ਜੀ, ਇਹ ਅਫਸੋਸ ਵਾਲੀ ਗੱਲ ਹੈ ਜੀ ਕਿ ਜਿਹੜੇ ਪੁਰਾਣੇ ਅਕਾਲੀ ਟਕਸਾਲੀ ਅਕਾਲੀ ਹੈ ਜਿਹੜੇ ਹੌਲੀ ਹੌਲੀ ਫਿਨਿਸ਼ ਹੋ ਰਹੇ ਆ ਜੀ, ਖਤਮ ਹੋ ਰਹੇ ਆ, ਅਤੇ ਇੱਕ ਨਵਾਂ ਅਕਾਲੀ ਦਲ ਜਿਹੜਾ ਆ ਉਹ ਬਣ ਰਿਹਾ, ਜਿਹਨਾਂ ਦਾ ਆਪਣਾ ਕੋਈ ਸਟੈਂਡ ਨਹੀਂ। ਤੁਸੀਂ ਦੇਖ ਰਹੇ ਹੋ ਕਿ ਅਜੇ ਸਾਲ ਪਹਿਲਾਂ ਮਨਜੀਤ ਸਿੰਘ GK ਹੋਣੀ ਅਕਾਲੀ ਦਲ ਦੇ ਝੰਡਾ ਬਰਦਾਰ ਬਣ ਕੇ ਇੱਥੇ ਨੌਰਥ ਅਮਰੀਕਾ ਦੀ ਫੇਰੀ 'ਤੇ ਆਏ, ਉਹਨਾਂ ਨੇ ਇੱਥੇ ਲੋਕਾਂ ਕੋਲ ਛਿੱਤਰ ਵੀ ਖਾਧੇ, ਬੇਇੱਜ਼ਤੀ ਵੀ ਕਰਵਾਈ। ਉਸ ਤੋਂ ਬਾਅਦ ਦੇ ਵਿੱਚ ਜਾਂਦੇ ਸਾਰ ਜਿਹੜਾ ਹੈਗਾ ਆ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਵਿੱਚ ਉਲਝਾ ਦਿੱਤਾ ਗਿਆ। ਉਹੀ GK ਜਿਹੜੇ ਕਿ ਅਕਾਲੀ ਦਲ ਦੇ ਬੁਲਾਰੇ ਬਣ ਕੇ ਆਏ ਸੀਗੇ, ਉਹੀ GK ਹੋਣੀ ਅੱਜ ਅਕਾਲੀ ਦਲ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਆਗੂਆਂ ਦੇ ਉੱਤੇ ਗੰਭੀਰ ਦੋਸ਼ ਲਾ ਰਹੇ ਆ ਜੀ। ਸੋ ਉਹ ਜਿਹੜਾ ਇੱਕ ਕਹਿ ਲਓ ਕਿ ਹੁੰਦੀ ਸੀ ਪਾਰਟੀ ਕਿ ਸਿਰ ਧੜ ਦੀ ਬਾਜ਼ੀ ਲਾਉਣ ਵਾਲੀ ਗੱਲ ਉਹ ਜਾਂਦੀ ਲੱਗੀ ਹੈ ਜੀ। ਲੀਡਰ ਜਿਹੜੇ ਆ ਉਹ ਅਹੁਦੇ ਮਿਲਣ ਦੇ ਉੱਤੇ ਖੁਸ਼ ਹੋ ਜਾਂਦੇ ਆ, ਅਹੁਦੇ ਨਾ ਮਿਲਣ ਦੇ ਉੱਤੇ ਨਾਰਾਜ਼ ਹੋ ਜਾਂਦੇ ਆ,
ਤੇ ਇਸ ਕਰਕੇ ਜਿਹੜਾ ਇੱਥੇ ਇੰਨੀ ਪੁਰਾਣੀ ਪਾਰਟੀ ਜਿਹੜੀ ਆ ਸਾਡੇ ਬਜ਼ੁਰਗਾਂ ਨੇ ਬਣਾਈ ਉਹ ਕਹਿ ਲਓ ਵੀ ਖਤਮ ਹੋਣ ਦੇ ਕੰਢੇ ਤੇ ਪਹੁੰਚ ਚੁੱਕੀ ਹੈ। ਠੀਕ ਹੈ ਜੀ, ਅਸੀਂ ਤੁਹਾਡੇ ਨਾਲ ਜਾਣ ਤੋਂ ਪਹਿਲਾਂ ਇਹ ਖਾਸ ਖਬਰ ਸਾਂਝੀ ਜ਼ਰੂਰ ਕਰਨਾ ਚਾਹੁੰਦੇ ਹਾਂ ਕਿ ਇੱਕ ਲੜਕੀ 19 ਸਾਲ ਦੀ ਕਿਰਨ ਢੇਸੀ, ਉਸ ਦਾ ਇੱਥੇ ਕਤਲ ਹੋ ਗਿਆ ਸੀਗਾ ਵੀ ਸੜਦੀ ਹੋਈ ਕਾਰ 'ਚੋਂ ਉਹਦੀ ਲਾਸ਼ ਜਿਹੜੀ ਆ ਪੁਲਿਸ ਨੂੰ ਮਿਲੀ ਸੀ, ਅਤੇ ਫਿਰ 2 ਕੁ ਮਹੀਨਿਆਂ ਦੀ ਫਰਾਰੀ ਤੋਂ ਬਾਅਦ ਨੌਜਵਾਨ ਪੰਜਾਬੀ ਮੁੰਡਾ ਗ੍ਰਿਫਤਾਰ ਹੋਇਆ ਸੀ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ। ਉਹ ਤੋਂ 2 ਕੁ ਦਿਨਾਂ ਬਾਅਦ ਹੀ ਉਹਦੀ ਮਾਂ ਵੀ ਗ੍ਰਿਫਤਾਰ ਹੋ ਗਈ, ਉਹ ਤੋਂ 2 ਕੁ ਦਿਨਾਂ ਬਾਅਦ ਉਹਦੀ ਭੈਣ ਵੱਡੀ ਵੀ ਗ੍ਰਿਫਤਾਰ ਹੋ ਗਈ। ਸੋ ਇਹ ਟੱਬਰ ਦੇ ਵਿੱਚ ਜਿਹੜਾ ਜੀ ਵੀ ਆਪਣੇ ਜੀ ਦੇ ਪਾਪ ਲੁਕਾਉਣ, ਉਹਦੇ ਕ੍ਰਾਈਮ ਨੂੰ ਢੱਕਣ ਦੀਆਂ ਜਿਹੜੀਆਂ ਗੱਲਾਂ ਉਹਦੇ ਸਿੱਟੇ ਨਿਕਲਦੇ ਰਹਿੰਦੇ ਆ। ਇੱਥੇ ਸਾਡੇ ਵੀ ਬ੍ਰੈਂਪਟਨ 'ਚ ਪੂਨਮ ਲਿਟ ਕਤਲ ਕਾਂਡ ਹੋਇਆ ਸੀ, ਉਹਦੇ ਵਿੱਚ ਸਾਰਾ ਪਰਿਵਾਰ ਹੁਣ ਜੇਲ੍ਹ ਦੇ ਵਿੱਚ ਬੈਠਾ। ਸੋ ਥੋੜ੍ਹਾ ਜਿਹਾ ਇਹ ਦੱਸੋ ਵੀ ਇਹ ਕੀ ਸਾਰੀ ਘਟਨਾ ਜੀ? ਇਹ ਜਿਹੜੀ ਘਟਨਾ 1.5 ਸਾਲ ਦੇ ਕਰੀਬ ਪਹਿਲਾਂ ਕਿਰਨ ਢੇਸੀ ਦਾ ਜਿਹੜਾ ਕਤਲ ਹੋਇਆ ਸੀਗਾ ਜੀ, ਤੇ ਹੁਣ ਸ਼ੱਕ ਪਹਿਲਾਂ ਤੋਂ ਪੁਲਿਸ ਵੱਲੋਂ ਪ੍ਰਗਟਾਇਆ ਜਾ ਰਿਹਾ ਸੀਗਾ ਕਿ ਉਹਦੇ ਬੁਆਏਫ੍ਰੈਂਡ ਦੇ ਵਿੱਚ ਹੱਥ ਹੋ ਸਕਦਾ, ਪਰ ਬੁਆਏਫ੍ਰੈਂਡ ਜਿਹੜਾ ਸੀਗਾ ਜੀ ਉਹ ਮੁਲਕ ਵਿੱਚੋਂ ਬਾਹਰ ਚਲਾ ਗਿਆ ਸੀਗਾ। ਪਰ ਹੁਣ ਜਿਹੜੀ ਗੱਲ ਪੂਰੀ ਸਮਝ ਆਉਂਦੀ ਹੈ ਕਿ ਉਹਨੂੰ ਭਜਾਇਆ ਗਿਆ ਸੀਗਾ, ਤੇ ਜਦੋਂ ਇਸ ਲੜਕੀ ਦਾ ਕਤਲ ਹੋਇਆ ਜਿਹੜਾ ਕਿ ਸਮਝਿਆ ਜਾ ਰਿਹਾ ਕਿ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਉਹ ਲੜਕੇ ਵਾਲਿਆਂ ਦੇ ਘਰ ਹੋਇਆ, ਕਿਉਂਕਿ ਜਿਹੜਾ ਲੜਕਾ ਸੀਗਾ ਉਹ ਕੁਝ ਗਲਤ ਕੰਮਾਂ ਦੇ ਵਿੱਚ ਜਾ ਰਿਹਾ ਸੀ, ਜਿਸ ਕਰਕੇ ਲੜਕੀ ਉਹਦੇ ਨਾਲ ਬ੍ਰੇਕਅਪ ਕਰਨਾ ਚਾਹੁੰਦੀ ਸੀ, ਉੱਥੋਂ ਤੋੜ ਵਿਛੋੜਾ ਕਰਨੀ ਚਾਹੁੰਦੀ ਸੀ। ਸੋ ਉੱਥੋਂ ਕਿਸੇ ਤਰ੍ਹਾਂ ਗੱਲ ਵਧੀ ਹੈ ਜੀ, ਉਹ ਲੜਕੀ ਜਿਹੜੀ ਆ ਮਾਰੀ ਗਈ ਆ, ਉਸ ਤੋਂ ਬਾਅਦ ਲੜਕਾ ਉਹਦੀ ਹੀ ਟਰੱਕ ਦੇ ਵਿੱਚ ਲੈ ਕੇ ਜਾਂਦਾ ਉਹਨੂੰ ਸਰੀ ਸ਼ਹਿਰ ਤੋਂ ਬਾਹਰ ਬਾਹਰ ਖੇਤਾਂ ਦੇ ਵਿੱਚ, ਉੱਥੇ ਉਹਦੀ ਗੱਡੀ ਨੂੰ ਅੱਗ ਲਾਈ ਜਾਂਦੀ ਹੈ। ਪਰ ਜਿਹੜੀ ਪੁਲਿਸ ਦੇ ਹੱਥ ਵੱਡਾ ਸਲਾਹ ਉਦੋਂ ਮਿਲਿਆ ਜਦੋਂ ਇੱਕ ਪਿਕਅਪ ਟਰੱਕ ਦੀ ਉਹਨਾਂ ਨੂੰ ਡੈਸ਼ ਕੈਮ ਦੇ ਵਿੱਚ ਕਿਸੇ ਦੇ ਫੋਟੋ ਆ ਗਈ ਕਿ ਇਹ ਪਿਕਅਪ ਟਰੱਕ ਉਸ ਵੇਲੇ ਉੱਥੋਂ ਲੰਘਿਆ, ਤੇ ਉਹ ਪਿਕਅਪ ਟਰੱਕ ਜਿਹੜਾ ਆ ਉਹ ਦਿਓ ਫੈਮਿਲੀ ਜਿਹੜਾ ਕਿ ਲੜਕਾ ਹਰਦੀਪ ਸਿੰਘ ਦਿਓ ਉਹਨਾਂ ਦੇ ਨਾਲ ਸੰਬੰਧਿਤ ਸੀਗਾ, ਤੇ ਫਿਰ ਉੱਥੋਂ ਗੱਲ ਨਿਕਲੀ ਵੀ ਕਿਸੇ ਨੇ ਉਹਨੂੰ ਰਾਈਡ ਦਿੱਤੀ ਹੈ ਜੀ ਵਾਪਸ। ਤੇ ਉਸ ਤੋਂ ਬਾਅਦ ਪੁਲਿਸ ਨੇ ਮਾਂ ਬਾਪ ਦੇ ਦੁਆਲੇ ਸ਼ਿਕੰਜਾ ਕੱਸਿਆ, ਜਿਹੜੇ ਹੋਰ ਘਰ ਦੇ ਜੀ ਸੀ ਉਹਨਾਂ ਦੇ ਦੁਆਲੇ ਸ਼ਿਕੰਜਾ ਕੱਸਿਆ, ਤੁਹਾਨੂੰ ਚਾਰਜ ਕਰਨ ਲੱਗੇ ਆ, ਨਹੀਂ ਤਾਂ ਜਿਹੜਾ ਮੁੰਡਾ ਹੈਗਾ ਜੀ ਉਹ ਹਵਾਲੇ ਕਰਾਓ। ਉਸੇ ਡੀਲ ਦੇ ਅਧੀਨ ਜਿਹੜਾ ਮੁੰਡਾ ਉਹ ਇੰਡੀਆ ਤੋਂ ਵਾਪਸ ਮੰਗਾਇਆ ਗਿਆ। ਸੋ ਪੁਲਿਸ ਨੇ ਚਲਾਕੀ ਦੇ ਨਾਲ ਸਾਰਾ ਕੁਛ ਕਰਕੇ ਪਹਿਲਾਂ ਮੁੰਡਾ ਗ੍ਰਿਫਤਾਰ ਕੀਤਾ, ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਸਾਬਤ ਹੋ ਚੁੱਕਾ ਸੀ ਪੁਲਿਸ ਕੋਲੋਂ ਪਹਿਲਾਂ ਹੀ ਕਿ ਮਾਂ ਤੇ ਧੀ ਨੇ ਵੀ ਇਸ ਕਤਲ ਦੇ ਵਿੱਚ ਜਾਂ ਉਸ ਹਮਲਾਵਰ ਨੂੰ ਭਜਾਉਣ ਦੇ ਵਿੱਚ ਭੂਮਿਕਾ ਨਿਭਾਈ ਹੈ, ਤੇ ਉਹ ਚਾਰਜ ਜਿਹੜੇ ਉਸ ਸੰਬੰਧ ਦੇ ਵਿੱਚ ਉਹਨਾਂ ਦੇ ਉੱਤੇ ਵੀ ਲਾਏ ਗਏ ਆ। ਇਹ ਪਿੱਛੋਂ ਪਰਿਵਾਰ ਜਿਹੜਾ ਜੀ ਜ਼ਿਲ੍ਹਾ ਜਲੰਧਰ ਦੇ ਪਿੰਡ ਚਹੇੜੂ ਦੇ ਨਾਲ ਸੰਬੰਧਿਤ ਹੈ। ਤੇ ਵੈਸੇ ਲੋਕ ਸਬਕ ਲੈ ਨਹੀਂ ਰਹੇ ਤੁਹਾਡੇ ਇੱਥੇ, ਜੇ ਉਹ ਭੈਣ ਭਰਾ ਕਿੱਥੇ ਕੈਨੇਡੀਅਨ ਸਿਟੀਜ਼ਨਸ਼ਿਪ ਹੈ ਅਤੇ ਕਿੱਥੇ ਜਾ ਕੇ ਸੰਗਰੂਰ 'ਚੋਂ ਕੇਸ ਲੜ ਰਹੇ ਆ ਆਪਣੀ ਹਾਂਜੀ ਲੜਕੀ ਨੂੰ ਮਰਵਾਉਣ ਦੇ ਦੋਸ਼। ਸੋ ਵੀ ਕਿੱਥੇ ਹੁਣ ਇਹ ਘਟਨਾ ਕਿੱਥੇ ਇੱਥੇ ਸਾਡੇ ਬ੍ਰੈਂਪਟਨ ਦੇ ਵਿੱਚ ਵੀ ਲੋਕ ਹਟਦੇ ਨੀਗੇ ਇਸ ਵੀ ਕ੍ਰਿਮੀਨਲ ਬੰਦਾ ਤੁਸੀਂ ਪਰਿਵਾਰ ਦਾ ਜੀ ਉਹਦਾ ਸਾਥ ਦੇ ਰਹੇ ਹੋ ਤਾਂ ਕ੍ਰਾਈਮ ਕਰ ਰਹੇ ਹੋ, ਵੀ ਕੈਨੇਡਾ ਵਰਗੀ ਧਰਤੀ 'ਤੇ ਆ ਕੇ ਵਿਅਕਤੀ ਕਰਨ ਕੀ ਆਉਂਦਾ ਅਤੇ ਕਰਦਾ ਕੀ ਆ ਜੀ? ਬਿਲਕੁਲ ਜੀ, ਤੁਸੀਂ ਦੇਖੋ ਕਿ ਪੁਲਿਸ ਜਿਹੜੀ ਹੈ ਜਦੋਂ ਵੀ ਕੋਈ ਵਾਰਦਾਤ ਹੁੰਦੀ ਆ ਤਾਂ ਜੋ ਸੋਲਵ ਨਹੀਂ ਹੁੰਦੀ ਤਾਂ ਅਕਸਰ ਇਹ ਬਿਆਨ ਦਿੰਦੇ ਆ ਕਿ ਭਾਈਚਾਰੇ ਦੇ ਵਿੱਚ ਕੁਝ ਨਾ ਕੁਝ ਲੋਕ ਹੈਗੇ ਆ ਜਿਹਨਾਂ ਨੂੰ ਇਸ ਕਤਲ ਬਾਰੇ ਪਤਾ ਆ, ਕਿਰਪਾ ਕਰਕੇ ਅੱਗੇ ਆ। ਹਾਂਜੀ, ਸੋ ਕਿਸੇ ਦੋਸਤ ਨੂੰ ਕਿਸੇ ਪਰਿਵਾਰ ਵਾਲੇ ਨੂੰ ਜ਼ਰੂਰ ਪਤਾ ਹੁੰਦਾ, ਪਰ ਉਹ ਬਜਾਏ ਕਿ ਆਪਣੇ ਦੋਸ਼ੀ ਨੂੰ ਪੁਲਿਸ ਨੂੰ ਫੜਾਉਣ, ਉਹ ਐਂਡ ਤੱਕ ਜਿਹੜੇ ਉਹਦੇ ਪਾਰਟਨਰ ਦਿਨ ਕ੍ਰਾਈਮ ਬਣੇ ਰਹਿੰਦੇ ਆ, ਤੇ ਉਹਦਾ ਖਮਿਆਜ਼ਾ ਕਈ ਵਾਰੀ ਇਹ ਵੀ ਭੁਗਤਣਾ ਪੈਂਦਾ ਕਿ ਉਹ ਆਪ ਵੀ ਉਸ ਕੇਸ ਵਿੱਚ ਲਿਪਤ ਹੋ ਜਾਂਦੀ ਹੈ ਅਤੇ ਸਜ਼ਾ ਭੁਗਤਣੀ ਪੈਂਦੀ ਹੈ। ਜੱਸੀ ਸਿੱਧੂ ਦਾ ਮੁਕੱਦਮਾ, ਕਿਰਨ ਢੇਸੀ ਦਾ ਮੁਕੱਦਮਾ ਜਾਂ ਪੂਰਨ ਦਾ ਮੁਕੱਦਮਾ, ਜਿਹੜਾ ਇਹਦੀਆਂ ਸਪਸ਼ਟ ਉਦਾਹਰਨਾਂ ਨੇ। ਦੇਖੋ ਜੀ, ਵੀ ਨਾਲ ਫਿਰ ਇੱਦਾਂ ਕਹਿ ਲਓ ਵੀ ਸਾਥ ਦੇ ਕੇ ਕ੍ਰਿਮੀਨਲ ਬੰਦੇ ਦਾ ਵੀ ਪੁਲਿਸ ਦਾ ਸਾਥ ਨਹੀਂ ਦੇਣਾ, ਨਾਲ ਫਿਰ ਅਲਾਂਬਾ ਹੁੰਦਾ ਵੀ ਪੁਲਿਸ ਕੁਛ ਕਰਦੀ ਨਹੀਂ। ਸੋ ਲੇਕਿਨ ਕਿ ਬਹੁਤ ਬਹੁਤ ਧੰਨਵਾਦ ਸੋਹਣਾ ਸਾਹਿਬ ਜੀ, ਹਾਂਜੀ ਅੱਜ ਤੁਸੀਂ ਪੇਸ਼ ਹੋਏ ਅਤੇ ਅਸੀਂ ਜਲਦੀ ਫਿਰ ਤੁਹਾਡੇ ਨਾਲ ਜੁੜਾਂਗੇ, ਅੱਜ ਲਈ ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਧੰਨਵਾਦ ਜੋਹਲ ਸਾਹਿਬ ਅਤੇ ਖੁਰੀ ਫਿਰ ਆਪ ਸਭ ਨੂੰ ਜੀ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਇੱਥੇ ਸਨ ਗੁਰਪ੍ਰੀਤ ਸਿੰਘ ਜੀ ਸਹੋਤਾ ਸਰੀ ਤੋਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਹੋਏ।
ਬਹੁਤ ਜਲਦੀ ਤੁਹਾਡੀ ਸੇਵਾ ਦੇ ਵਿੱਚ ਬ੍ਰਿਗੇਡੀਅਰ ਨਵਾਬ ਸਿੰਘ ਜੀ ਹੀਰ ਪੇਸ਼ ਹੋ ਰਹੇ ਨੇ ਇਹਨਾਂ ਸੰਦੇਸ਼ਾਂ ਤੋਂ ਬਾਅਦ।